ਦੇ ਵਿੱਚ ਇੱਕ ਬੇਟੀ ਨੇ ਜਨਮ ਲਿਆ ਹੈ। 27 ਸਾਲਾਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਵੰਸ਼ ਦੇ ਵਿੱਚ ਵਾਧਾ ਹੋਇਆ ਹੈ। ਅੱਜ ਦੇ ਅਜੋਕੇ ਯੁੱਗ ਦੇ ਵਿੱਚ ਤਾਂ ਚਲੋ ਇਹ ਸੋਚ ਬਦਲੀ ਵੀ ਹੈ, ਪਰ ਕਿਤੇ ਕੁ ਤਾਈਂ ਇਹ ਚੀਜ਼ਾਂ ਜਿਹੜੀਆਂ ਨੇ ਊਣਤਾਈਆਂ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ। ਪਰ ਤੁਹਾਡੇ ਵੱਲੋਂ ਬੜੀ ਖੁਸ਼ੀ ਜ਼ਾਹਰ ਕੀਤੀ ਗਈ, ਬੜੇ ਚੰਗੇ ਢੰਗ ਤਰੀਕਿਆਂ ਦੇ ਨਾਲ ਬੜੇ ਜਸ਼ਨ ਦੇ ਨਾਲ ਘਰ ਦੇ ਵਿੱਚ ਪ੍ਰਵੇਸ਼ ਕਰਵਾਇਆ ਗਿਆ ਬੇਟੀ ਦਾ। ਜੋ ਧੀਆਂ ਕਰ ਰਹੀਆਂ ਨੇ ਸ਼ਾਇਦ ਅੱਜ ਦੇ ਸਮੇਂ 'ਚ ਕੋਈ ਨਹੀਂ ਕਰਦਾ ਹੈਗਾ, ਅਤੇ ਇਸ ਕਰਕੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕੀਤੀ ਸੀਗੀ ਵੀ ਪਰਮਾਤਮਾ ਜੇ ਦੇਣੀ ਹੈ ਤਾਂ ਪਹਿਲਾਂ ਸਾਨੂੰ ਧੀ ਦੇ ਰੂਪ 'ਚ ਬੇਟਾ ਦੇਈਂ। ਖੇਡਾਂ ਦੇ ਜਗਤ 'ਚ ਦੇਖਿਆ ਜਾਵੇ ਤਾਂ ਵੱਧ ਚੜ੍ਹ ਕੇ ਯੋਗਦਾਨ ਧੀਆਂ ਦਾ ਪੈ ਰਿਹਾ। ਪਾਇਲਟ ਦੇ ਖੇਤਰ 'ਚ ਦੇਖਿਆ ਜਾਵੇ ਤਾਂ ਪਾਇਲਟ ਬਣਨੀਆਂ ਨੇ, ਏਅਰ ਹੋਸਟਸ ਬਣਨੀਆਂ ਨੇ, IAS ਬਣਨੀਆਂ ਨੇ, IPS ਬਣਨੀਆਂ ਨੇ। ਬੜੇ ਹੀ ਬਲਬਲੇ ਸੀਗੇ ਮਨ ਦੇ ਵਿੱਚ ਵੀ ਧੀਆਂ ਨੂੰ ਕੋਈ ਸਤਿਕਾਰ ਨਹੀਂ ਮਿਲ ਰਿਹਾ। ਜਦੋਂ ਪਰਮਾਤਮਾ ਨੇ ਸਾਡੇ ਘਰ ਧੀ ਦੀ ਦਾਤ ਬਖਸ਼ਿਸ਼ ਕੀਤੀ ਸਾਨੂੰ, ਉਦੋਂ ਹੀ ਮਨ ਦੇ ਵਿੱਚ ਇਹ ਬਲਬਲਾ ਉੱਠਿਆ ਵੀ ਕਿਉਂ ਨਾ ਹੋਵੇ ਅਸੀਂ ਧੀ ਨੂੰ ਢੋਲ ਧਮਾਕੇ ਦੇ ਨਾਲ ਘਰ ਲਿਆਈਏ ਅਤੇ ਪੂਰਨ ਤੌਰ 'ਤੇ ਇਹਨਾਂ ਨੂੰ ਸਤਿਕਾਰ ਦੇਈਏ। ਬਹੁਤ ਖੁਸ਼ੀ ਸੀਗੀ, ਮੈਂ ਬਿਆਨ ਹੀ ਨਹੀਂ ਕਰ ਸਕਦਾ, ਇੰਨੀ ਖੁਸ਼ੀ ਸੀਗੀ। ਸ਼ਾਇਦ ਜੇ ਲੜਕਾ ਆਉਂਦਾ ਤਾਂ ਮੈਨੂੰ ਇੰਨੀ ਖੁਸ਼ੀ ਨਹੀਂ ਹੁੰਦੀ ਸੀ ਜਿੰਨੀ ਲੜਕੀ ਹੁੰਦੀ ਮੈਨੂੰ ਖੁਸ਼ੀ ਹੋਈ। ਜਦੋਂ ਲੜਕਾ ਆਉਂਦਾ ਉਦੋਂ ਲੱਡੂ ਵੰਡਦੇ ਸੀ, ਅਸੀਂ ਲੜਕੀ ਹੁੰਦੇ ਵੀ ਲੱਡੂ ਸਾਰਿਆਂ ਦੇ ਘਰੇ ਪਹੁੰਚਾਏ, ਸਾਰਿਆਂ ਨੂੰ ਜਿੰਨੇ ਜਿੰਨੇ ਆਏ ਸੀਗੇ ਸਾਰਿਆਂ ਨੂੰ ਲੱਡੂ ਦਿੱਤਾ। ਹਮਦਰਦ ਟੀਵੀ ਦੇ ਉੱਪਰ ਤੁਹਾਡਾ ਸਵਾਗਤ ਹੈ, ਮੈਂ ਹਾਂ ਸੁਖਬੀਰ ਸਿੰਘ ਸ਼ੇਰਗਲ। ਅਕਸਰ ਜ਼ਮੀਨ ਦੇ ਉੱਪਰ ਰਹਿ ਕੇ ਜਦੋਂ ਅਸੀਂ ਵਿਚਰਦੇ ਹਾਂ, ਸਮਾਜ ਦੇ ਬਾਰੇ ਗੱਲਾਂ ਬਾਤਾਂ ਸੁਣਦੇ ਹਾਂ ਜਾਂ ਕਰਦੇ ਹਾਂ, ਤਾਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਦੇ ਬਾਰੇ ਵੀ ਗੱਲ ਹੁੰਦੀ ਹੈ। ਅਕਸਰ ਧੀਆਂ ਧਿਆਣੀਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ, ਇਹ ਤਾਂ ਬੇਗਾਨਾ ਧਨ ਨੇ, ਨਾ ਇਹ ਮਾਪਿਆਂ ਦੀਆਂ ਨੇ, ਨਾ ਸਹੁਰੇ ਪਰਿਵਾਰ ਦੀਆਂ ਨੇ। ਅਕਸਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਸਮਾਜ ਦੇ ਵਿੱਚ ਸਾਨੂੰ ਸੁਣਨ ਨੂੰ ਅਤੇ ਵੇਖਣ ਨੂੰ ਮਿਲਦੀਆਂ ਨੇ, ਪਰ ਇੱਕ ਅਜਿਹੀ ਤਸਵੀਰ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਇੱਕ ਐਸੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਜਲੰਧਰ ਦੇ ਵਿੱਚ ਮੌਜੂਦ ਹਾਂ, ਨਾਲ ਮੇਰੇ ਪਰਮਜੀਤ ਸਿੰਘ ਮੌਜੂਦ ਨੇ ਅਤੇ ਨਾਲ ਉਹਨਾਂ ਦੇ ਬੇਟੇ ਰਮਨਦੀਪ ਸਿੰਘ ਮੌਜੂਦ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਬੇਟੀ ਨੇ ਜਨਮ ਲਿਆ ਹੈ। 27 ਸਾਲਾਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਵੰਸ਼ ਦੇ ਵਿੱਚ ਵਾਧਾ ਹੋਇਆ ਹੈ। ਪਰਮਜੀਤ ਸਿੰਘ ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਦੇ ਉੱਪਰ, ਅਤੇ ਨਾਲ ਦੀ ਨਾਲ ਮੁਬਾਰਕਬਾਦ ਵੀ ਹੈ ਕਿ ਤੁਹਾਡੇ ਘਰ ਦੇ ਵਿੱਚ ਇੱਕ ਧੀ ਧਿਆਣੀ ਦੇ ਜਨਮ ਲਿਆ। ਬਹੁਤ ਬਹੁਤ ਮੁਬਾਰਕਬਾਦ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਸ਼ੁਕਰ ਕਰਦੇ ਹਾਂ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ, ਜਿਨ੍ਹਾਂ ਨੇ ਆਪਣੀ ਮਿਹਰ ਕਰਕੇ ਸਾਡੇ ਘਰ 27 ਸਾਲਾਂ ਬਾਅਦ ਵੰਸ਼ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਹੈ ਧੀ ਦੇ ਰੂਪ ਵਿੱਚ। ਅਸੀਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿਵੇਂ ਅਕਸਰ ਜਦੋਂ ਲੜਕਾ ਪੈਦਾ ਹੁੰਦਾ ਹੈ ਉਦੋਂ ਬਹੁਤ ਸਾਰੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਅੱਜ ਦੇ ਅਜੋਕੇ ਯੁੱਗ ਦੇ ਵਿੱਚ ਤਾਂ ਚਲੋ ਇਹ ਸੋਚ ਬਦਲੀ ਵੀ ਹੈ, ਪਰ ਕਿਤੇ ਕੁ ਤਾਈਂ ਇਹ ਚੀਜ਼ਾਂ ਜਿਹੜੀਆਂ ਨੇ ਊਣਤਾਈਆਂ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ, ਪਰ ਤੁਹਾਡੇ ਵੱਲੋਂ ਬੜੀ ਖੁਸ਼ੀ ਜ਼ਾਹਰ ਕੀਤੀ ਗਈ, ਬੜੇ ਚੰਗੇ ਢੰਗ ਤਰੀਕਿਆਂ ਦੇ ਨਾਲ ਬੜੇ ਜਸ਼ਨ ਦੇ ਨਾਲ ਘਰ ਦੇ ਵਿੱਚ ਪ੍ਰਵੇਸ਼ ਕਰਵਾਇਆ ਗਿਆ ਬੇਟੀ ਦਾ। ਇਹ ਮਨ ਦੇ ਵਿੱਚ ਬਲਬਲਾ ਸੀ, ਇਹ ਮਨ ਦੇ ਵਿੱਚ ਕਿਵੇਂ ਤੁਹਾਡੇ ਭਾਵ ਆਇਆ ਕਿ ਇਹ ਸਾਰੀਆਂ ਚੀਜ਼ਾਂ ਕਰਨੀਆਂ ਨੇ? ਦੇਖੋ ਜੀ, ਅੱਜ ਆਪਾਂ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਬਥੇਰਾ ਕੁਛ ਦੇਖ ਰਹੇ ਹਾਂ, ਧੀਆਂ ਨੂੰ ਕੋਈ ਸਤਿਕਾਰ ਨਹੀਂ ਮਿਲ ਰਿਹਾ ਹੈਗਾ। ਮਤਲਬ ਇੰਨੇ ਕੁ ਦੁਰਦਸ਼ਾ ਧੀਆਂ ਦੀ ਹੋ ਰਹੀ ਹੈ, ਅਤੇ ਇੱਕ ਛੋਟੀ ਜਿਹੀ ਅਸੀਂ ਉਪਰਾਲਾ ਕੀਤਾ ਗੁਰੂ ਮਹਾਰਾਜ ਦੀ ਬਖਸ਼ਿਸ਼, ਇੱਕ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਇੱਕ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਵੀ ਸਮਾਜ ਦੇ ਵਿੱਚ ਇਹੋ ਜਿਹਾ ਕੋਈ ਪ੍ਰਚਾਰ ਹੋਵੇ ਜਿਹਨਾਂ ਦੇ ਨਾਲ ਧੀਆਂ ਦਾ ਸਤਿਕਾਰ ਹੋਵੇ। ਅਤੇ ਮੇਰੇ ਪਹਿਲਾਂ ਵੀ ਤਿੰਨ ਬੇਟੀਆਂ ਨੇ, ਉਸ ਤੋਂ ਬਾਅਦ ਮੇਰੇ ਬੇਟੇ ਹੋਏ ਨੇ, ਕਿ ਉਹ ਬੇਟੀਆਂ ਮੈਨੂੰ ਅਹਿਸਾਸ ਤਾਂ ਹੋਇਆ ਕਿ ਮੇਰੇ ਵਾਈਫ 2.5 ਸਾਲ ਤੋਂ ਪੈਰਾਲਾਈਸ ਦਾ ਅਟੈਕ ਹੋਇਆ ਮੰਜੇ 'ਤੇ ਆ, ਉਹ ਮੇਰੀਆਂ ਧੀਆਂ ਔਰ ਮੇਰੀ ਨੂੰਹ 2 ਸਾਲਾਂ ਤੋਂ ਵਿਆਹ ਕੀਤਾ ਸੀ ਬੇਟੇ ਦਾ, ਅਤੇ ਉਹ ਦੇਖ ਰੇਖ ਕਰਦੀਆਂ ਨੇ। ਉਹ ਅਹਿਸਾਸ ਹੋਇਆ ਵੀ ਜੋ ਧੀਆਂ ਕਰ ਰਹੀਆਂ ਨੇ ਸ਼ਾਇਦ ਅੱਜ ਦੇ ਸਮੇਂ 'ਚ ਕੋਈ ਨਹੀਂ ਕਰਦਾ ਹੈਗਾ,
ਅਤੇ ਇਸ ਕਰਕੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕੀਤੀ ਸੀਗੀ ਵੀ ਪਰਮਾਤਮਾ ਜੇ ਦੇਣੀ ਹੈ ਤਾਂ ਪਹਿਲਾਂ ਸਾਨੂੰ ਧੀ ਦੇ ਰੂਪ ਵਿੱਚ ਬੇਟਾ ਦੇਈਂ। ਧੀ ਇੱਕ ਬੇਟੇ ਦੇ ਸਮਾਨ ਹੀ ਹੈ, ਬਰਾਬਰ ਹੀ ਹੈ ਅੱਜ, ਕਿਉਂਕਿ ਅੱਜ ਦੇ ਸਮੇਂ ਦੇਖਿਆ ਜਾਵੇ ਧੀ ਕਿਹੜੀ ਜਗ੍ਹਾ 'ਤੇ ਤਰੱਕੀ ਨਹੀਂ ਕਰ ਰਹੀ। ਖੇਡਾਂ ਦੇ ਜਗਤ 'ਚ ਦੇਖਿਆ ਜਾਵੇ ਤਾਂ ਵੱਧ ਚੜ੍ਹ ਕੇ ਯੋਗਦਾਨ ਧੀਆਂ ਦਾ ਪੈ ਰਿਹਾ। ਪਾਇਲਟਾਂ ਦੇ ਖੇਤਰ 'ਚ ਦੇਖਿਆ ਜਾਵੇ ਤਾਂ ਪਾਇਲਟ ਬਣਨੀਆਂ ਨੇ, ਏਅਰ ਹੋਸਟਸ ਬਣਨੀਆਂ ਨੇ, IAS ਬਣਨੀਆਂ ਨੇ, IPS ਬਣਨੀਆਂ ਨੇ, ਮਤਲਬ ਹਰ ਸਮਾਜ ਦੇ ਵਿੱਚ, ਹਰ ਮਹਿਕਮੇ ਦੇ ਵਿੱਚ ਧੀਆਂ ਦਾ ਜਿਹੜਾ ਅੱਜ ਬੋਲਬਾਲਾ ਹੋ ਰਿਹਾ। ਅਤੇ ਸਾਨੂੰ ਵੀ ਖੁਸ਼ੀ ਹੋਈ ਹੈ, ਮਾਰ ਨੇ ਸਾਨੂੰ ਧੀ ਦੀ ਦਾਤ ਬਖਸ਼ ਕੀਤੀ, ਅਸੀਂ ਵੀ ਉਪਰਾਲਾ ਕਰਾਂਗੇ ਕਿ ਇਸ ਨੂੰ ਚੰਗੀ ਤਰ੍ਹਾਂ ਵਿੱਦਿਆ ਦੇ ਯੋਗ ਬਣਾ ਕੇ ਵਧੀਆ ਪਰਵਰਿਸ਼ ਕਰੀਏ ਤਾਂ ਕਿ ਆਉਣ ਵਾਲਾ ਇਹਨਾਂ ਦਾ ਸਮਾਂ, ਜਿਹੜਾ ਆਉਣ ਵਾਲਾ ਜਿਹੜਾ ਟਾਈਮ ਹੈ, ਇਹਨਾਂ ਦਾ ਉਜਵਲ ਭਵਿੱਖ ਬਣ ਸਕੇ। ਜਿਵੇਂ ਤੁਸੀਂ ਦੱਸਿਆ ਕਿ ਗੁਰੂ ਘਰ ਦੀ ਸੇਵਾ ਤੁਹਾਡੇ ਕੋਲ ਹੈ, ਤੁਹਾਡੇ ਵੱਲੋਂ ਸੁਰਖ ਸੁਨੇਹੇ ਰੋਜ਼ ਸੰਗਤਾਂ ਦੇ ਮੁਖਾਤਬ ਹੋ ਕੇ ਦਿੱਤੇ ਜਾਂਦੇ ਨੇ, ਸੰਬੋਧਨ ਦੇ ਵਿੱਚ ਦਿੱਤੇ ਜਾਂਦੇ ਨੇ, ਪਰ ਆਪਣੇ ਮਨ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਜਿਹੀਆਂ ਚੀਜ਼ਾਂ ਤੁਸੀਂ ਵੇਖੀਆਂ ਲੋਕਾਂ ਦੇ ਵੱਲੋਂ ਇਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ, ਜਿੱਥੇ ਮਹਿਸੂਸ ਹੋਵੇ ਕਿ ਲੜਕੀਆਂ ਦੇ ਨਾਲ ਫਰਕ ਕੀਤਾ ਜਾਂਦਾ, ਧੀਆਂ ਨੂੰ ਉਸੇ ਤਰੀਕੇ ਦਾ ਸਤਿਕਾਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਕਿਤੇ ਆਈਆਂ, ਵੇਖਿਆ ਤੁਸੀਂ ਅਜਿਹਾ ਹੁੰਦਾ? ਦੇਖੋ, ਇੱਕ ਗੁਰੂ ਘਰ ਦੇ ਸੇਵਕ ਹੋਣ ਦੇ ਨਾਤੇ ਬੜਾ ਹੀ ਬਲਬਲੇ ਸੀਗੇ ਮਨ ਦੇ ਵਿੱਚ ਵੀ ਧੀਆਂ ਨੂੰ ਕੋਈ ਸਤਿਕਾਰ ਨਹੀਂ ਮਿਲ ਰਿਹਾ। ਜਦੋਂ ਪਰਮਾਤਮਾ ਨੇ ਸਾਡੇ ਘਰ ਧੀ ਦੀ ਦਾਤ ਬਖਸ਼ਿਸ਼ ਕੀਤੀ ਤਾਂ ਸਾਨੂੰ ਉਦੋਂ ਹੀ ਮਨ ਦੇ ਵਿੱਚ ਇਹ ਬਲਬਲਾ ਉੱਠਿਆ ਵੀ ਕਿਉਂ ਨਾ ਹੋਵੇ ਅਸੀਂ ਧੀ ਨੂੰ ਢੋਲ ਧਮਾਕੇ ਦੇ ਨਾਲ ਘਰ ਲਿਆਈਏ ਅਤੇ ਪੂਰਨ ਤੌਰ 'ਤੇ ਇਹਨਾਂ ਨੂੰ ਸਤਿਕਾਰ ਦੇਈਏ, ਕਿਉਂਕਿ ਬੇਟਿਆਂ ਦੀ ਖੁਸ਼ੀ ਤਾਂ ਹਰ ਕੋਈ ਕਰ ਛੱਡਦਾ। ਹੁਣ ਮਤਲਬ ਕਿ ਬੇਟਿਆਂ ਦੀ ਖੁਸ਼ੀ ਆ, ਅਗਲਾ ਬੜੇ ਬੜੇ ਵੱਡੇ ਫੰਕਸ਼ਨ ਕਰ ਲੈਂਦਾ, ਅਸੀਂ ਤਾਂ ਸਿਰਫ ਇੱਕ ਹੋਸਪਿਟਲ ਤੋਂ ਘਰ ਦੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਲੈ ਕੇ ਗਏ ਹਾਂ, ਅਰਦਾਸ ਬੇਨਤੀ ਕਰਾਈ, ਕੜਾਹ ਪ੍ਰਸ਼ਾਦੀ ਦੇ ਕਰਾਈ, ਉਸ ਤੋਂ ਬਾਅਦ ਜੋ ਸਾਡੇ ਗੁਰੂ ਘਰ ਦੇ ਗ੍ਰੰਥੀ ਸਿੰਘ ਸਾਹਿਬ ਨੇ ਉਹਨਾਂ ਨੇ ਅੰਮ੍ਰਿਤ ਚੂਲਾ 'ਤੇ ਬਖਸ਼ਿਸ਼ ਕੀਤਾ ਬੱਚੇ ਨੂੰ, ਫਿਰ ਹੁਣ ਮੇਰੀ ਵੀ ਇਹੀ ਕੋਸ਼ਿਸ਼ ਹੋਏਗੀ ਕਿ ਮੈਂ ਆਉਣ ਵਾਲੇ ਸਮੇਂ 'ਚ ਮਤਲਬ ਬੱਚੇ ਠੀਕ ਹੋ ਜਾਣ ਅਤੇ ਥੋੜ੍ਹਾ ਜਿਹਾ ਬੱਚੀ ਵੀ ਪ੍ਰਫੁੱਲਤ ਹੋ ਜਾਵੇ ਅਤੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਅਸੀਂ ਨਮਸਤਕ ਹੋਵਾਂਗੇ ਅਤੇ ਬੇਟੀ ਨੂੰ ਅਤੇ ਧੀ ਨੂੰਹ ਨੂੰ ਵੀ ਅੰਮ੍ਰਿਤ ਦੀ ਦਾਤ ਗੁਰਸਿੱਖੀ ਜੀਵਨ ਨਾਲ ਅਸੀਂ ਪ੍ਰੇਰਿਤ ਕਰਕੇ ਇਹਨਾਂ ਨੂੰ ਗੁਰਸਿੱਖ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਾਵਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਜੇ ਅਸੀਂ ਮਾਂ ਬਾਪ ਹੀ ਜੇ ਬੱਚਿਆਂ ਦੀ ਸਹੀ ਤਰ੍ਹਾਂ ਦੇਖ ਰੇਖ ਕਰਾਂਗੇ, ਨਾਲ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡਾ ਕੰਮ ਇਹੀ ਹੋਏਗਾ ਵੀ ਅਸੀਂ ਗੁਰਸਿੱਖ ਪਰਿਵਾਰ ਹੈ ਜੇ ਵਿਚਰਦੇ ਹਾਂ ਅਤੇ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਆਪਾਂ ਕੋਸ਼ਿਸ਼ ਕਰੀਏ, ਉਹਨਾਂ ਦੇ ਦਿੱਤੇ ਮਾਰਗ ਦੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਵੀ ਇਹ ਪ੍ਰੇਰਣਾ ਮਿਲ ਸਕੇ ਵੀ ਇੱਕ ਗੁਰੂ ਘਰ ਦਾ ਸੇਵਕ ਹੋਣ ਦੇ ਨਾਤੇ ਇਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਵੀ ਮੈਂ ਆਉਣ ਵਾਲੀਆਂ ਸਮੇਂ ਦੇ ਵਿੱਚ ਵੀ 27 ਤਰੀਕ ਦਾ ਜੋ ਅਸੀਂ ਇੱਕ 27 ਸਤੰਬਰ ਦਾ ਫੰਕਸ਼ਨ ਵੀ ਇੱਕ ਰੱਖਾਂਗੇ ਗੁਰੂ ਘਰ ਦੇ ਵਿੱਚ ਹੀ ਕਿ ਜਿਹਦੇ ਵਿੱਚ ਸਾਰਿਆਂ ਨੂੰ ਮੈਂ ਇਨਵਾਈਟ ਕਰਾਂਗਾ ਅਤੇ ਜਿੰਨਾ ਵੀ ਹੋ ਸਕੇ ਕਿਉਂਕਿ ਧੀਆਂ ਦਾ ਅਸੀਂ ਵੱਧ ਤੋਂ ਵੱਧ ਪ੍ਰਚਾਰ ਕਰ ਸਕੀਏ ਅਤੇ ਵੱਧ ਤੋਂ ਵੱਧ ਅਸੀਂ ਇਹਨਾਂ ਦਾ ਸਤਿਕਾਰ ਕਰ ਸਕੀਏ। ਮੈਂ ਰਮਨਦੀਪ ਜੀ ਹੁਣਾਂ ਦੇ ਨਾਲ ਵੀ ਗੱਲਬਾਤ ਕਰੂੰਗਾ। ਇਹ ਪਿਤਾ ਨੇ ਲੜਕੀ ਦੇ, ਬਾਈ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਸਭ ਤੋਂ ਪਹਿਲਾਂ ਤਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਹੈ ਜੀ। ਬਾਈ ਜੀ ਕਿੰਨੀ ਕੁ ਖੁਸ਼ੀ ਸੀ ਮਨ ਦੇ ਵਿੱਚ ਇੱਕ ਧੀ ਦੇ ਘਰ ਦੇ ਵਿੱਚ ਆਉਣ ਅਤੇ ਧੀ ਤੁਹਾਡੇ ਪਹਿਲੇ ਬੱਚੇ ਦੇ ਰੂਪ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਆਈ, ਬੜੇ ਜਸ਼ਨਾਂ ਦੇ ਨਾਲ ਤੁਸੀਂ ਲੈ ਕੇ ਆਏ, ਖੁਸ਼ੀ ਕਿੰਨੀ ਕੁ ਸੀ ਪਹਿਲਾਂ ਅਤੇ ਇਹਦੇ ਬਾਰੇ ਸਾਂਝੀ ਕਰੋ ਜਾਣਕਾਰੀ? ਬਹੁਤ ਖੁਸ਼ੀ ਸੀਗੀ, ਮੈਂ ਬਿਆਨ ਹੀ ਨਹੀਂ ਕਰ ਸਕਦਾ ਇੰਨੀ ਖੁਸ਼ੀ ਸੀਗੀ। ਸ਼ਾਇਦ ਜੇ ਲੜਕਾ ਹੁੰਦਾ ਤਾਂ ਮੈਨੂੰ ਇੰਨੀ ਖੁਸ਼ੀ ਨਹੀਂ ਹੋਣੀ ਸੀ ਜਿੰਨੀ ਲੜਕੀ ਹੋਣ 'ਤੇ ਮੈਨੂੰ ਖੁਸ਼ੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਵੇਂ ਅੰਕਲ ਹੁਣੀ ਵੀ ਦੱਸ ਰਹੇ ਨੇ, ਸਰਦਾਰ ਸਾਹਿਬ ਹੁਣਾਂ ਦੇ ਵੱਲੋਂ ਜੋ ਸੇਵਾ ਨਿਭਾਈ ਜਾ ਰਹੀ ਆ ਗੁਰੂ ਘਰ ਦੀ, ਉਸ ਵਕਤ ਸਿੱਖੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਸਿੱਖੀ ਸਿਧਾਂਤਾਂ ਦੇ ਉੱਪਰ ਚੱਲਣ ਵਾਲਾ ਪਰਿਵਾਰ ਹੈ, ਅਤੇ ਅਕਸਰ ਲੋਕ ਵੇਖਦੇ ਨੇ ਕਿ ਕਿਸੇ ਦੇ ਵੱਲੋਂ ਮਿਆਰੀ ਕੰਮ ਕੀਤਾ ਜਾਵੇ, ਆਮ ਲੋਕਾਂ ਨੂੰ ਤਾਂ ਵੇਖਦੇ ਹੀ ਨੇ, ਜਦੋਂ ਇੱਕ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਵਿਅਕਤੀ ਦੇ ਵੱਲੋਂ ਅਜਿਹਾ ਕੀਤਾ ਜਾਵੇ ਤਾਂ ਬਹੁਤ ਦੂਰ ਤੱਕ ਮੈਸੇਜ ਜਾਂਦਾ ਹੈ। ਇਹ ਤੁਹਾਡਾ ਜਿਹੜਾ ਸੁਨੇਹਾ ਜਿਸ ਤਰੀਕੇ ਦੇ ਨਾਲ ਦਰਸ਼ਨਾਂ ਦੇ ਨਾਲ ਤੁਸੀਂ ਧੀ ਧਿਆਣੇ ਨੂੰ ਘਰੇ ਲੈ ਕੇ ਆਏ ਹੋ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਰਵਰਿਸ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ, ਇਸੇ ਤਰੀਕੇ ਦਾ ਮਾਣ ਸਤਿਕਾਰ ਆਉਣ ਵਾਲੇ ਸਮੇਂ ਦੇ ਵਿੱਚ ਮਿਲੂਗਾ? ਹਾਂਜੀ ਹਾਂਜੀ, ਹਰ ਟਾਈਮ ਇਹੀ ਸਤਿਕਾਰ ਮਿਲੇਗਾ, ਜਦੋਂ ਵੀ ਅੱਗੇ ਕੋਈ ਵੀ ਪ੍ਰੋਗਰਾਮ ਹੋਊਗਾ
ਇਸੇ ਤਰ੍ਹਾਂ ਹੀ ਸਤਿਕਾਰ ਦੇਵਾਂਗੇ ਜੀ। ਜੀ ਬਾਜੀ, ਜਦੋਂ ਹੁਣ ਬੱਚੀ ਨੇ ਵੱਡੀ ਹੋਣਾ, ਉਹ ਉਸਦੇ ਵੱਲੋਂ ਸਮਾਜ ਦੇ ਵਿੱਚ ਵਿਚਰਿਆ ਜਾਣਾ, ਇਹ ਚੀਜ਼ਾਂ ਉਹਨੂੰ ਪਤਾ ਲੱਗਣਗੀਆਂ, ਇਹ ਚੀਜ਼ ਮਨ ਦੇ ਵਿੱਚ ਆਉਂਦੀ ਹੈ ਕਿ ਜਦੋਂ ਬੱਚੇ ਨੂੰ ਪਤਾ ਲੱਗੇ ਕਿ ਮੇਰੇ ਜਨਮ ਦੇ ਉੱਪਰ ਖੁਸ਼ੀ ਇੰਨੀ ਕੀਤੀ ਗਈ? ਕਿਉਂਕਿ ਅੱਜ ਤੋਂ ਪਹਿਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੇ ਵਿੱਚ ਲੜਕੀਆਂ ਅਕਸਰ ਇਹ ਮਹਿਸੂਸ ਕਰਦੀਆਂ ਨੇ ਕਿ ਮੁੰਡਿਆਂ ਵਾਰੀ ਲੱਡੂ ਵੰਡੇ ਗਏ ਸੀ, ਸਾਡੇ ਵਾਰੀ ਸਿਰਫ ਗੁੜ ਵੰਡ ਦਿੱਤਾ ਗਿਆ ਅਤੇ ਕਈ ਥਾਵਾਂ ਦੇ ਉੱਤੇ ਗੁੜ ਵੀ ਨਹੀਂ ਵੰਡਿਆ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਬੱਚੀ ਦੇ ਮਨੋਬਲ ਦੇ ਵਿੱਚ ਵਾਧਾ ਹੋਣਾ, ਉਸਦੀਆਂ ਕਾਰਗੁਜ਼ਾਰੀਆਂ ਦੇ ਵਿੱਚ ਵੀ ਪ੍ਰਫੁੱਲਤਾ ਆਊਗੀ, ਇਹ ਸੋਚ ਦੇ ਵਿਚਾਰਦੇ ਹੋ? ਹਾਂਜੀ ਹਾਂਜੀ, ਜ਼ਰੂਰ ਵਾਧਾ ਹੋਊਗਾ ਜੀ। ਜਦੋਂ ਲੜਕੀ ਹੋਈ ਅਸੀਂ ਹੋਸਪਿਟਲ ਤੋਂ ਘਰ ਲੈ ਕੇ ਆਏ, ਬੜਾ ਜਸ਼ਨ ਨਾਲ ਲੈ ਕੇ ਆਏ, ਸਾਰੇ ਘਰ ਦੇ ਮੈਂਬਰ ਸੀਗੇ, ਸਾਰਾ ਪਰਿਵਾਰ ਸਾਡੇ ਨਾਲ ਸੀ, ਅਤੇ ਅਸੀਂ ਜਦੋਂ ਲੜਕਾਂ ਦਾ ਉਦੋਂ ਲੱਡੂ ਵੰਡਦੇ ਸੀ, ਅਸੀਂ ਲੜਕੀ ਹੁੰਦੇ ਵੀ ਲੱਡੂ ਸਾਰਿਆਂ ਦੇ ਘਰੇ ਪਹੁੰਚਾਏ, ਸਾਰਿਆਂ ਨੂੰ ਜਿੰਨੇ ਜਿੰਨੇ ਆਏ ਸੀਗੇ ਸਾਰਿਆਂ ਨੂੰ ਲੱਡੂ ਦਿੱਤਾ, ਅਤੇ ਵਧੀਆ ਤਰੀਕੇ ਨਾਲ ਨਾਮ ਰੱਖ ਲਿਆ ਬਾਈ ਜੀ। ਨਾਮਕਰਨ ਕਰ ਲਿਆ? ਨਾਮ ਸਰਗੁਣ ਕੌਰ ਜੀ। ਜੀ ਹਾਂਜੀ, ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਦੇ ਲਿਆਂਦਿਆ ਗਿਆ ਸੀ। ਲਾਸਟ ਸਵਾਲ ਮੈਂ ਅੰਕਲ ਹੁਣਾਂ ਤੋਂ ਲਊਂਗਾ। ਪਰਮਜੀਤ ਜੀ, ਜਾਂਦੇ ਜਾਂਦੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ, ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰੀਕੇ ਦੇ ਨਾਲ ਧੀਆਂ ਨੂੰ ਵੀ ਸਤਿਕਾਰ ਮਿਲਣਾ ਚਾਹੀਦਾ? ਇਹ ਤਾਂ ਤੁਸੀਂ ਦੱਸ ਦਿੱਤਾ ਹੈ, ਪਰ ਲੋਕ ਜ਼ਮੀਨ ਦੇ ਉੱਪਰ ਜਾ ਕੇ ਉਹ ਚੀਜ਼ਾਂ ਨਹੀਂ ਕਰ ਪਾਉਂਦੇ, ਜਾਂ ਫਿਰ ਲੰਬੇ ਸਮੇਂ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ, ਕਿਤੇ ਕਤਾਈਆਂ ਊਣ ਤਾਈਆਂ, ਕਿਤੇ ਕਤਾਈ ਕੁਤਾਹੀ, ਕਿਤੇ ਕਤਾਈ ਕਮੀ ਖਮੀ ਰੱਖੀ ਜਾਂਦੀ ਹੈ, ਉਹਨਾਂ ਲੋਕਾਂ ਨੂੰ ਕੀ ਤੁਹਾਡਾ ਖਾਸ ਸੁਨੇਹਾ? ਦੇਖੋ ਜੀ, ਇਹ ਜਿਹੜੀਆਂ ਉਣਤਾਈਆਂ ਆਉਂਦੀਆਂ ਨੇ, ਪਹਿਲਾਂ ਸਭ ਤੋਂ ਸਾਡਾ ਮਾਂ ਬਾਪ ਦਾ ਫਰਜ਼ ਬਣਦਾ ਵੀ ਆਪਾਂ ਆਪਣੇ ਬੱਚਿਆਂ ਦੀ ਦੇਖ ਰੇਖ ਜਿਹੜੀ ਆਪਣੇ ਅਧੀਨ ਦੇਖੀਏ, ਬੱਚਾ ਸਾਡਾ ਕੀ ਕਰ ਰਿਹਾ, ਬੱਚਾ ਕਿੱਥੇ ਜਾ ਰਿਹਾ। ਜਿੱਦਾਂ ਅੱਜ ਕੱਲ੍ਹ ਨਸ਼ਿਆਂ ਦਾ ਰੁਝਾਨ ਹੈ, ਕਿਉਂਕਿ ਅੱਧੀ ਰਾਤ ਨੂੰ ਬੱਚੇ ਆਉਂਦੇ ਨੇ ਘਰ, ਕਿੱਥੋਂ ਆਏ, ਕੋਈ ਮਾਂ ਬਾਪ ਨਹੀਂ ਪੁੱਛਦਾ ਹੈਗਾ, ਕਿਉਂਕਿ ਪਹਿਲਾ ਫਰਜ਼ ਇਹਦਾ ਸਾਡਾ ਬਣਦਾ ਵੀ ਆਪਾਂ ਬੱਚਿਆਂ ਦੀ ਦੇਖ ਰੇਖ ਕਰੀਏ ਵੀ ਬੱਚਾ ਇਸ ਟਾਈਮ ਕਿੱਥੋਂ ਆ ਰਿਹਾ, ਕੋਈ ਨਸ਼ਾ ਤਾਂ ਨਹੀਂ ਕੀਤਾ, ਕੋਈ ਸ਼ਰਾਬ ਤਾਂ ਨਹੀਂ ਪੀਤੀ, ਕੋਈ ਜਾਂ ਹੋਰ ਕੋਈ ਜਿਹੜੇ ਅੱਜ ਕੱਲ੍ਹ ਦੇ ਸਮੇਂ ਦੇ ਨਸ਼ੇ ਚੱਲ ਰਹੇ ਨੇ ਉਹ ਤਾਂ ਨਹੀਂ ਕੀਤਾ ਹੈਗਾ। ਇਹ ਸਾਡਾ ਫਰਜ਼ ਬਣਦਾ, ਜਦੋਂ ਬੱਚਾ ਇਹ ਕੰਮ ਕਰਦਾ ਤਾਂ ਸਾਡਾ ਫਰਜ਼ ਬਣਦਾ ਉਸ ਨੂੰ ਤੁਰੰਤ ਠੱਲ ਪਾਉਣ ਦਾ। ਜਿੱਦਾਂ ਪਿਆਰ ਨੇ ਸਮਝਾਵੇ ਤਾਂ ਬੱਚਾ ਸਭ ਤੋਂ ਵਧੀਆ, ਜੇ ਨਹੀਂ ਸਮਝਦਾ ਤਾਂ ਫਿਰ ਦੂਜੇ ਤਰੀਕੇ ਵੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚੱਲਦੇ ਨੇ। ਅਤੇ ਅਸੀਂ ਇਹੀ ਸਮਾਜ ਨੂੰ ਬੇਨਤੀ ਕਰਾਂਗੇ ਵੀ ਜਿੰਨਾ ਵੀ ਹੋ ਸਕਦਾ ਧੀਆਂ ਨੂੰ ਵੱਧ ਤੋਂ ਵੱਧ ਸਤਿਕਾਰ ਦੇਈਏ, ਵੱਧ ਤੋਂ ਵੱਧ ਪਿਆਰ ਦੇਈਏ, ਕਿ ਆਉਣ ਵਾਲਾ ਸਮਾਂ ਜੇ ਧੀ ਨਹੀਂ ਹੈਗੀ ਤਾਂ ਅੱਗੋਂ ਵੰਸ਼ ਕਿਸੇ ਦੀ ਨਹੀਂ ਤੁਰਨੀ ਹੈਗੀ, ਜੇ ਪਿਓ ਬੇਟਾ ਨਹੀਂ ਹੈ ਤਾਂ ਵੰਸ਼ ਕਿਸੇ ਦੀ ਨਹੀਂ ਅੱਗੋਂ ਤੁਰਨੀ ਹੈਗੀ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਲੜਕੀਆਂ ਦੀ ਬੇਟੀਆਂ ਦੀ ਰੇਸ਼ੋ ਬਹੁਤ ਘੱਟ ਰਹੀ ਹੈਗੀ, ਔਰ ਸਾਡੇ ਵੀ ਇੱਥੇ ਕਈ ਆਉਂਦੇ ਨੇ, ਮੇਰੇ ਕੋਲ ਕਈ ਆਉਂਦੇ ਨੇ, ਬਾਬਾ ਜੀ ਸਾਨੂੰ ਲੜਕੀ ਦੱਸੋ, ਕੋਈ ਹੁਣ ਦੱਸੀ ਕੀ ਰਿਸ਼ਤੇ ਹੀ ਹੈ ਨਹੀਂ ਕਿ ਲੜਕੀਆਂ ਦੇ ਹੈ ਹੀ ਨਹੀਂ, ਬਿਲਕੁਲ ਘੱਟ ਆ, ਅਤੇ ਮਤਲਬ ਉਮਰਾਂ ਵੀ ਜ਼ਿਆਦਾ ਹੋਈ ਜਾਂਦੀਆਂ ਨੇ। ਇਸ ਕਰਕੇ ਮੈਂ ਸਮਾਜ ਨੂੰ ਇਹੀ ਬੇਨਤੀ ਕਰਨਾ, ਚਾਹੇ ਲੜਕੀ ਹੈ ਚਾਹੇ ਲੜਕਾ, ਵੀ ਸਾਡਾ ਹੱਕ ਬਣਦਾ ਵੀ ਅਸੀਂ ਬਰਾਬਰਤਾ ਦੇਈਏ ਇਹਨਾਂ ਨੂੰ, ਬੇਟਿਆਂ ਨਾਲੋਂ ਜ਼ਿਆਦਾ ਤਰਜੀਹ ਅਸੀਂ ਬੇਟੀਆਂ ਨੂੰ ਦੇਈਏ, ਤਾਂ ਕਿ ਆਉਣ ਵਾਲਾ ਸਾਡਾ ਉਜਵਲ ਭਵਿੱਖ ਬੇਟੀਆਂ ਨੇ ਬਣਾਉਣਾ ਹੈਗਾ, ਅਤੇ ਜੇ ਅਸੀਂ ਉਹਨਾਂ ਦੀ ਸਹੀ ਪਰਵਰਿਸ਼ ਕਰ ਸਕਾਂਗੇ ਤਾਂ ਜੀ। ਸੋ ਇਹ ਸਨ ਪਰਮਜੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਧੀ ਧਿਆਣੀ ਦਾ ਆਉਣਾ ਹੋਇਆ, ਜਨਮ ਤੋਂ ਬਾਅਦ ਜੈਸੀਆਂ ਖੁਸ਼ੀਆਂ ਮਨਾਈਆਂ ਗਈਆਂ, ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋਈਆਂ, ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਖੁਸ਼ੀ ਦੇ ਪਲ ਜਿਹੜੇ ਨੇ ਉਹ ਵੀ ਇਹਨਾਂ ਦੇ ਨਾਲ ਸਾਂਝੇ ਕੀਤੇ ਗਏ। ਇਹ ਸਾਰੀਆਂ ਤਸਵੀਰਾਂ ਨੂੰ ਵੇਖ ਕੇ ਇੱਕ ਜ਼ਰੂਰ ਸੁਨੇਹਾ ਜਿਹੜਾ ਉਹ ਸਮਾਜ ਦੇ ਵਿੱਚ ਜਾਂਦਾ ਹੈ ਕਿ ਧੀਆਂ ਨੂੰ ਸਤਿਕਾਰ ਮਿਲਣਾ ਚਾਹੀਦਾ ਹੈ। ਜਿਹੜੀਆਂ ਕਮੀਆਂ ਖਾਮੀਆਂ ਊਣਤਾਈਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਜਾਂ ਫਿਰ ਸਾਡੇ ਵੱਲੋਂ ਰੱਖੀਆਂ ਗਈਆਂ, ਸਾਡੇ ਸਮਾਜ ਦੇ ਵੱਲੋਂ ਰੱਖੀਆਂ ਗਈਆਂ, ਉਹਨਾਂ ਨੂੰ ਹੁਣ ਇੱਕ ਪਾਸੇ ਕਰਕੇ ਧੀਆਂ ਨੂੰ ਵੀ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਵੀ ਫਰਮਾਉਂਦੇ ਨੇ ਕਿ ਸੋ ਕੋ ਮੰਦਿਆ ਆਖੀਏ ਜਿੱਤ ਜੰਮੇ ਰਾਜਾਨ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਦੇ ਦੌਰ ਦੇ ਵਿੱਚ, ਅਜੋਕੇ ਯੁੱਗ ਦੇ ਵਿੱਚ, ਜੇਕਰ ਧੀਆਂ ਨੂੰ ਸਤਿਕਾਰ ਮਿਲਣਾ ਸ਼ੁਰੂ ਹੋਇਆ, ਬਹੁਤ ਉਮਦਾ ਸੋਚ ਦੇ ਨਾਲ ਪਰਮਜੀਤ ਸਿੰਘ ਹੋਰਾਂ ਦੇ ਵੱਲੋਂ, ਰਮਨਦੀਪ ਸਿੰਘ ਹੋਰਾਂ ਦੇ ਵੱਲੋਂ ਆਪਣੀ ਧੀ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਸੋ ਇਸ ਰਿਪੋਰਟ ਦੇ ਵਿੱਚ ਬਹਿਰਹਾਲ ਇੰਨਾ ਹੀ ਗੱਲਬਾਤ ਦੇ ਵਿੱਚੋਂ ਤੁਸੀਂ ਕੀ ਵੇਖਿਆ ਸੁਣਿਆ ਇਸ ਦੇ ਬਾਬਤ, ਜੋ ਕੋਈ ਤੁਹਾਡੇ ਮਨ ਦੇ ਵਿੱਚ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਦੇ ਰੂਪ ਦੇ ਵਿੱਚ ਜ਼ਰੂਰ ਸਾਂਝੇ ਕਰਨਾ। ਬਹਿਰਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ਿਰਗਿੱਲ, ਹਮਦਰਦ ਟੀਵੀ ਜਲੰਧਰ।